ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਵਿੱਚ ਕਾਂਗਰਸ ਦੀ ਖੋਲ੍ਹੀ ਪੋਲ। ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਮੌਜੂਦਾ ਕਾਂਗਰਸ ਸਰਕਾਰ ਦੀ ਪੋਲ ਖੋਲ੍ਹਣ ਦੇ ਲਈ ਅਕਾਲੀ ਦਲ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਹੈ। ਇਸ ਮੌਕੇ 'ਤੇ ਜਿੱਥੇ ਉਨ੍ਹਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਆਪਣੇ ਸੰਬੋਧਨ ਵਿੱਚ ਕਾਂਗਰਸ ਸਰਕਾਰ ਦੀ ਪੋਲ ਖੋਲ੍ਹੀ ਹੈ। ਸ਼ਹੀਦਾਂ ਨੂੰ ਇੱਥੇ ਯਾਦ ਕਰਦੇ ਹਾਂ, ਸ਼ਹੀਦਾਂ ਦੇ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਦੇ ਜੀਵਨ ਕਿਹੋ ਸੀ ਉਹਦੇ ਵਿੱਚ ਵਿਚਾਰ ਕਰਦੇ ਹਾਂ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਜਿਹੜੇ ਕਹਿੰਦੇ ਆ ਉਹੀ ਕੌਮਾਂ ਅੱਗੇ ਵੱਧਦੀਆਂ। ਅੱਜ ਆਪਾਂ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਸ਼ਹਾਦਤ ਬਾਰੇ ਵਿਚਾਰਾਂ ਕੀਤੀਆਂ, ਉਹਨਾਂ ਦੀ ਕੁਰਬਾਨੀ ਬਾਰੇ, ਜੀਵਨ ਬਾਰੇ ਗੱਲਾਂ ਕੀਤੀਆਂ, ਸ਼ਹੀਦ ਭੁਪਿੰਦਰ ਸਿੰਘ ਈਸੜੂ ਜੀ ਦੀ ਕੁਰਬਾਨੀਆਂ ਬਾਰੇ ਜ਼ਿਕਰ ਕੀਤਾ। ਮੁੱਖ ਮੰਤਰੀ ਬਾਦਲ ਸਾਹਿਬ ਵੀ ਸੋਚ ਰਿਹਾ ਸੀ ਕਿ ਆਪਣੇ ਸ਼ਹੀਦਾਂ ਦੀ ਜਿਹੜਾ ਵਿਰਸਾ ਹੈ ਉਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ, ਜਿਸ ਕੌਮ ਦੇ ਗੁਰੂ ਸਾਹਿਬਾਨ ਨੇ ਆਪ ਸ਼ਹਾਦਤ ਦਿੱਤੀ ਹੋਏ, ਆਪਾਂ ਉਹਨਾਂ ਗੁਰੂਆਂ ਦੇ ਬੱਚੇ ਜਿਨ੍ਹਾਂ ਨੇ ਆਪਣੇ ਬੱਚੇ ਮਾਰ ਦਿੱਤੇ, ਆਪਾਂ ਉਹਨਾਂ ਗੁਰੂਆਂ ਦੇ ਬੱਚੇ ਜਿਨ੍ਹਾਂ ਗੁਰੂਆਂ ਨੇ ਆਪਣੇ ਆਪ ਨੂੰ ਮਾਰ ਦਿੱਤਾ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ। ਇਹ ਤੋਂ ਵੱਡਾ ਇਤਿਹਾਸ ਕੀ ਹੋ ਸਕਦਾ? ਅਕਾਲੀ ਦਲ ਦਾ ਜਿਹੜਾ ਵਿਰਸਾ ਕੁਰਬਾਨੀ ਭਰਿਆ ਵਿਰਸਾ, ਇਹ ਜਿਹੜਾ ਸ਼ਹੀਦਾਂ ਸ਼ਹਾਦਤਾਂ ਦਾ ਵਿਰਸਾ, ਇਹ ਜਿਹੜਾ ਕੁਰਬਾਨੀਆਂ ਦਾ ਵਿਰਸਾ, ਜਿਹਦੀ ਮਿਸਾਲ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ। ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਦੂਜੀਆਂ ਪਾਰਟੀਆਂ ਵਿੱਚ ਤੁਸੀਂ ਦੇਖੋ, ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰ ਜਾਂਦੇ ਆ ਅਨੰਦਪੁਰ ਸਾਹਿਬ, ਆਉਂਦੇ ਹੈ ਕਿ ਆਪਣਾ ਇਤਿਹਾਸ ਕੀ ਹੈ, ਕਿਹੜੀਆਂ ਕੁਰਬਾਨੀਆਂ ਹੋਈਆਂ, ਕਿਹੜੇ ਆਪਣੇ ਤੇ ਜ਼ੁਲਮ ਹੋਏ, ਕਿਵੇਂ ਆਪਣੇ ਬਹਾਦਰ ਸੂਰਮੇ ਨੇ ਜ਼ੁਲਮ ਦਾ ਮੁਕਾਬਲਾ ਕੀਤਾ, ਸਾਰਾ ਵਿਰਸਾ ਜਗ੍ਹਾ ਸੰਭਾਲ ਕੇ ਰੱਖਿਆ। ਇੱਕ ਭੇਜ ਸਕਦੇ ਹੈ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਸਤਿਕਾਰ ਨਹੀਂ ਹੋਏ ਪਵਿੱਤਰ ਜਗ੍ਹਾ ਦਾ,